संयुक्त किसान मोर्चे के सद्दे ते किसानां ने भाखड़ा ब्यास मैनेजमेंट बोर्ड की मैनेजमेंट नूं लै के केंद्र सरकार वालों लए फैसले खिलाफ लुधियाणा विच डिप्टी कमिश्नर दफ्तर दे बाहर धरना दिता ते केंद्र सरकार खिलाफ जंम के प्रदर्शन किया। भारतीय किसान यूनियन राज्यवाल के प्रधान बलवीर सिंह राज्यवाल का कहना है कि केंद्र सरकार ने BBMB के फैसले राही पंजाब अते हरियाणा विरुद्ध काम किया है। उन्होंने कहा कि केंद्र सरकार नवे कानून लैके आ रही है जिसके नाल सूबे दीआं शक्तियां खत्म हो रही हैं। ਇਹ ਇੱਕ ਤਰ੍ਹਾਂ ਦਾ ਡਿਕਟੇਟਰਸ਼ਿਪ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਖੋ ਅੱਜ ਕਈ ਮੁੱਦੇ ਨੇ, ਇੱਕ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਹੈ। ਅਫਸੋਸ ਇਸ ਗੱਲ ਦਾ ਵੀ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਜਦੋਂ ਡੈਮ ਸੇਫਟੀ ਬਿੱਲ ਪੇਸ਼ ਹੋਇਆ ਉਦੋਂ ਸਾਰੀ ਗੈਰ ਹਾਜ਼ਰ ਸੀ ਅਪੋਜੀਸ਼ਨ, ਅਤੇ ਜਿੱਦਣ ਰਾਜ ਸਭਾ 'ਚ ਪਾਸ ਹੋਇਆ ਸਾਡੇ MP ਸੁੱਤੇ ਪਏ ਸੀ, ਅਤੇ ਔਰ ਉਹ ਡੈਮ ਸੇਫਟੀ ਬਿੱਲ ਪਾਸ ਕਰਕੇ ਡੈਮਾਂ 'ਤੇ ਕਬਜ਼ਾ ਕਰ ਗਏ। ਦੂਸਰਾ ਰਹਿ ਗਿਆ ਉਹਦੇ ਬਾਅਦ ਹੁਣ ਐਡਮਿਨਿਸਟ੍ਰੇਟਿਵ ਸਟਰਕਚਰ 'ਤੇ ਕਬਜ਼ਾ ਕਰਨ ਵਾਸਤੇ ਉਹਨਾਂ ਨੇ ਰੂਲਸ ਅਮੈਂਡ ਕਰ ਦਿੱਤੇ, ਜਿਹੜੇ ਜਿਹੜਾ ਸੀ ਮੈਂਬਰ ਪਾਵਰ ਅਤੇ ਮੈਂਬਰ ਇਰੀਗੇਸ਼ਨ ਪੰਜਾਬ ਔਰ ਹਰਿਆਣੇ ਦੇ ਹੋਇਆ ਕਰਦੇ ਸੀ ਰੋਟੇਸ਼ਨ ਨਾਲ, ਅੱਜ ਇਹਨਾਂ ਨੇ ਕਹਿ ਤਾ ਵੀ ਉਹ ਅਸੀਂ ਕਿਤੋਂ ਵੀ ਲਿਆ ਕੇ ਲਾ ਸਕਦੇ ਹਾਂ। ਤਾਂ ਇਹ ਮੈਂ ਸਮਝਦਾ ਇੱਕ ਤਰ੍ਹਾਂ ਦੀ ਅਨਕੰਸਟੀਟਿਊਸ਼ਨਲ ਕੋਸ਼ਿਸ਼ ਹੈ ਸਰਕਾਰ ਦੀ, ਵੀ ਡੈਮਾਂ 'ਤੇ ਕਬਜ਼ਾ ਕਰਨਾ, ਫਿਰ ਪਾਣੀ 'ਤੇ ਕਬਜ਼ਾ ਕਰਨਾ, ਬਿਜਲੀ 'ਤੇ ਕਬਜ਼ਾ ਕਰਨਾ, ਐਡਮਿਨਿਸਟ੍ਰੇਟਿਵ ਸਟਰਕਚਰ 'ਤੇ ਕਬਜ਼ਾ ਕਰਨਾ। ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬ ਦੀ ਧਰਤੀ 'ਤੇ ਬਣਿਆ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ। ਫੈਸਲਾ ਸੀ ਵੀ ਚੰਡੀਗੜ੍ਹ ਵਿੱਚ ਜਿਹੜੇ ਇੰਪਲਾਈਜ਼ ਹੋਣਗੇ ਉਹਨੂੰ ਮੈਨੇਜ ਕਰਨ ਲਈ 60-40 ਦੀ ਰੇਸ਼ੋ ਹੋਏਗੀ। ਅੱਜ ਉਹ ਵੀ ਟੁੱਟ ਗਈ, ਪੰਜਾਬ ਦਾ ਇੱਕ ਵੀ ਨਹੀਂ, ਪੰਜਾਬ ਦੀ 0 ਹੋ ਗਈ, ਹਰਿਆਣੇ ਦੀ ਥੋੜ੍ਹੀ ਜਿਹੀ ਰਹਿ ਗਈ। ਤਾਂ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ, ਇਹਨਾਂ 'ਤੇ ਇੱਕ ਇੱਕ ਕਰਕੇ ਲੰਬੀ ਲੜਾਈ ਹੈ। ਔਰ ਨਵੇਂ ਨਵੇਂ ਕਾਨੂੰਨ ਲਿਆ ਰਿਹਾ ਮੋਦੀ, NTR ਲਿਆ ਰਿਹਾ, ਉਹਦੇ ਦੇਖਿਓ ਸਾਰਾ ਦੇਸ਼ ਖੜਾ ਹੋਏਗਾ। ਹਾਂਜੀ, ਕਾਰਨ ਕੀ ਦੇਖ ਰਹੇ ਹੋ? ਡਿਕਟੇਟਰਸ਼ਿਪ ਆ ਰਹੀ, ਡਿਕਟੇਟਰਸ਼ਿਪ ਕੀ ਲੱਗ ਰਿਹਾ ਵੀ ਆਉਣ ਵਾਲੇ ਟਾਈਮ 'ਚ ਪਾਣੀ ਨੂੰ ਲੋਕੀ ਉੱਡੇ, ਹਿੰਦੁਸਤਾਨ ਦੇ ਲੋਕ ਹੁਣ ਇਹ ਬਰਦਾਸ਼ਤ ਨਹੀਂ ਕਰਨਗੇ, ਆ ਜਾਣਗੇ ਲੋਕੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।